ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਇੱਕ ਸਕੂਲ ਨੇ ਦੁਨੀਆ ਦੀਆਂ ਪ੍ਰਮੁੱਖ ਤਕਨੀਕੀ ਕੰਪਨੀਆਂ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ ਸਕੂਲ ਨੇ Google, TikTok, Meta ਅਤੇ Snapchat ਤੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਅਦਾਲਤ ਵਿੱਚ ਦਾਇਰ ਅਪੀਲ ਵਿੱਚ ਕਿਹਾ ਗਿਆ ਹੈ ਕਿ ਬੱਚੇ ਇਸ ਸਮੇਂ ਮਾਨਸਿਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਨੇ ਜਿਸ ਨੂੰ ਸੋਸ਼ਲ ਮੀਡੀਆ ਉਤਪਾਦਾਂ ਦੇ ਦੁਆਰਾ ਖਤਰਨਾਕ ਅਤੇ ਨਸ਼ਾ ਕਰਨ ਵਾਲੀਆਂ ਆਦਤਾਂ ਦੇ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਵਾਸ਼ਿੰਗਟਨ ਫਲੋਰੀਡਾ ਕੈਲੀਫੋਰਨੀਆ ਪੈਂਸਿਲਵੇਨੀਆ ਨਿਊ ਜਰਸੀ ਅਲਬਾਮਾ ਟੈਨੇਸੀ ਅਤੇ ਹੋਰਾਂ ਦੇ ਸਕੂਲ ਸਿਸਟਮ ਨੇ ਬੱਚਿਆਂ ਦੀ ਮਾਨਸਿਕ ਸਿਹਤ ਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਮੁਕਦਮੇ ਦਰਜ ਕਰਵਾਏ ਹਨ ਜਿਸਤੇ ਕਾਰਵਾਈ ਅਜੇ ਵੀ ਚੱਲੀ ਹੈ। ਦਾਇਰ ਕੇਸ ਦੇ ਵਿੱਚ દોਸ਼ ਲਗਾਇਆ ਗਿਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਾਰਨ ਬੱਚੇ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਨੇ। ਇਹ ਉੱਤਰਦਾਤਾਵਾਂ ਦੁਆਰਾ ਨੌਜਵਾਨਾਂ ਨੂੰ ਆਪਣੇ ਉਤਪਾਦਾਂ ਇੰਸਟਾਗ੍ਰam, ਫੇਸਬੁੱਕ, ਟਿਕਟੌਕ, ਸਨੈਪਚੈਟ ਅਤੇ YouTube ਦੀ ਵਰਤੋਂ ਕਰਨ ਲਈ ਮਜਬੂਰ ਕਰਨ ਲਈ ਅੱਦਨ ਦੇ ਯਤਨ ਦਾ ਨਤੀਜਾ ਹੈ। ਜ਼ਿਕਰ ਹੋਏਗਾ ਕਿ ਪਿਛਲੇ ਦਹਾਕੇ ਵਿੱਚ ਅਮਰੀਕੀਆਂ 'ਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਆਦਤ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਮਕਦਮੇ ਦੇ ਵਿੱਚ ਅਪੀਲਕਰਤਾ ਨੇ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਡਿਜ਼ਾਈਨ ਕਰਨ ਵਾਲੀਆਂ ਵੱਡੀ ਤਕਨੀਕੀ ਕੰਪਨੀਆਂ ਨਾ ਕੇਵਲ ਆਪਣੇ ਉਪਭੋਗਤਾਵਾਂ ਦੀ ਗਿਣਤੀ ਬਣਾਉਣ ਦੇ ਲਈ ਸਖਤ ਮਿਹਨਤ ਕਰ ਰਹੀਆਂ ਨੇ ਬਲਕਿ ਉਹ ਆਪਣੇ ਪਲੇਟਫਾਰਮਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਅਤੇ ਸੰਚਾਲਿਤ ਵੀ ਕਰ ਰਹੀਆਂ ਨੇ ਤਾਂ ਜੋ ਉਪਭੋਗਤਾ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਕਰ ਸਕਣ